ਹੈਲੋ 10th ਕਲਾਸ, ਕਿਵੇਂ ਹੋ? ਤੇਰਾ ਜੇ ਆਪਾਂ ਆਪਣਾ ਅਗਲਾ ਸੈਸ਼ਨ ਸ਼ੁਰੂ ਕਰਦੇ ਹਾਂ, ਸੈਸ਼ਨ ਨੰਬਰ 10, ਰਹਿਣ ਜਾਂ ਠਹਿਰਨ ਲਈ ਜਗ੍ਹਾ ਲੱਭਣਾ, ਫਾਈਂਡਿੰਗ ਅ ਪਲੇਸ ਟੂ ਸਟੇ। ਤਾਂ ਇਹ ਵਾਲਾ ਸੈਸ਼ਨ ਜੋ ਹੈ, ਇਸ ਦੇ ਵਿੱਚ ਆਪਾਂ ਕੁਝ ਗੱਲਾਂ ਦੇਖਾਂਗੇ ਕਿ ਜਦੋਂ ਆਪਾਂ ਕਿਤੇ ਰਹਿਣ ਜਾਣਾ ਹੋਵੇ ਤਾਂ ਆਪਾਂ ਕਿਸ ਤਰੀਕੇ ਨਾਲ ਇਨਕੁਆਇਰੀ ਜਾਂ ਫਿਰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਾਂਗੇ। ਫਾਈਨਲੀ ਇਸ ਸੈਸ਼ਨ ਦੇ ਐਂਡ 'ਤੇ ਆਪਾਂ ਫਿਊਚਰ ਕੰਟੀਨਿਊਸ ਟੈਂਸਿਸ ਬਾਰੇ ਦੇਖਾਂਗੇ। ਤਾਂ ਆਪਾਂ ਕੁਝ ਸਿਚੁਏਸ਼ਨਸ ਦੇ ਅਕੋਰਡਿੰਗ ਦੇਖਦੇ ਹਾਂ। ਤਾਂ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਮੇਰੇ ਟੀਚਰ ਕਹਿ ਲਓ ਇੱਕ ਤਰ੍ਹਾਂ ਨਾਲ, ਤਾਂ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਨਾਲ ਦੇ ਟੀਚਰ ਤਾਂ ਉਹਨਾਂ ਦਾ ਥੈਂਕਸ ਕਹਿਣਾ ਚਾਹੁੰਦਾ, ਮੈਮ ਗੁਰਦੀਪ ਜੀ ਜੋ ਮੇਰੀ ਹੈਲਪ ਕਰ ਰਹੇ ਨੇ ਲੈਕਚਰਸ ਬਣਾਉਣ ਦੇ ਲਈ। ਤਾਂ ਕਈ ਵਾਰੀ ਮੈਨੂੰ ਇੱਦਾਂ ਹੁੰਦਾ ਕਿ ਮੈਂ ਇੰਨਾ ਕੰਮ ਕਿਵੇਂ ਸਾਂਭਾਂਗਾ, ਤਾਂ ਉਹਨਾਂ ਵੱਲੋਂ ਟਾਈਮ ਟੂ ਟਾਈਮ ਲੈਕਚਰਸ ਕਦੇ 10th ਦੇ ਕਦੇ ਪਲੱਸ 2 ਦੇ ਮੈਨੂੰ ਆਈ ਜਾਂਦੇ ਹੈ, ਤਾਂ ਕਾਫੀ ਹੈਲਪ ਹੁੰਦੀ ਹੈ। ਤਾਂ ਮੈਂ ਉਹਨਾਂ ਨੂੰ ਤਹਿ ਦਿਲੋਂ ਸ਼ੁਕਰੀਆ ਕਹਿਣਾ ਚਾਹੁੰਦਾ ਕਿ ਉਹ ਮੇਰੀ ਇੰਨੀ ਹੈਲਪ ਕਰ ਰਹੇ ਨੇ। ਤਾਂ ਚਲੋ ਜੀ, ਆਪਾਂ ਸੈਸ਼ਨ ਅੱਗੇ ਸ਼ੁਰੂ ਕਰਦੇ ਹਾਂ। ਤਾਂ ਸਿਚੁਏਸ਼ਨ ਦੇ ਅਕੋਰਡਿੰਗ ਦੇਖਦੇ ਹਾਂ ਕਿ ਇਹ ਕਹਿਣਾ ਕੀ ਚਾਹੁੰਦੇ ਨੇ। ਮੰਨ ਲਓ ਤੁਸੀਂ ਹੁਣੇ ਹੀ ਨਵੇਂ ਸ਼ਹਿਰ ਦੇ ਵਿੱਚ ਸ਼ਿਫਟ ਹੋਏ ਹੋ, ਮਤਲਬ ਉੱਥੇ ਗਏ ਹੋ ਤੁਸੀਂ, ਤਾਂ ਉੱਥੇ ਰਹਿਣ ਲਈ ਤੁਹਾਨੂੰ ਜਗ੍ਹਾ ਚਾਹੀਦੀ ਹੈ। ਤਾਂ ਤੁਸੀਂ ਕਿਸ ਤਰੀਕੇ ਨਾਲ ਜਗ੍ਹਾ ਲੱਭੋਗੇ, ਕਿੱਦਾਂ ਲੱਭੋਗੇ, ਉਹ ਚੀਜ਼ ਆਪਾਂ ਇਸ ਦੇ ਵਿੱਚ ਕਰਨੀ ਹੈ। ਜਿਵੇਂ ਆਪਾਂ ਕਿਹੜੀਆਂ ਚੀਜ਼ਾਂ ਨੂੰ ਮਾਇੰਡ ਦੇ ਵਿੱਚ ਰੱਖਣਾ, ਜਿਵੇਂ ਵੱਟ ਕਾਇੰਡ ਆਫ ਪਲੇਸ ਡੂ ਯੂ ਵਾਂਟ, ਵੀ ਸਾਨੂੰ ਕਿਸ ਤਰੀਕੇ ਦੀ ਜਗ੍ਹਾ ਚਾਹੀਦੀ ਹੈ। ਪਹਿਲਾਂ ਤਾਂ ਇਹ ਆਪਾਂ ਸੋਚਾਂਗੇ ਵੀ ਮੈਨੂੰ ਇੱਕ ਕਮਰਾ ਚਾਹੀਦਾ, ਕਮਰੇ ਦੇ ਵਿੱਚ ਵਾਸ਼ਰੂਮ ਐਂਡ ਸਾਈਡ 'ਤੇ ਕਿਚਨ ਹੋਣਾ ਚਾਹੀਦਾ ਜਾਂ ਸਿੰਪਲ ਕਮਰਾ ਹੋਣਾ ਚਾਹੀਦਾ, ਇੱਦਾਂ ਦਾ ਕੁਛ ਮਾਇੰਡ ਦੇ ਵਿੱਚ ਰੱਖਾਂਗੇ। ਵੱਟ ਵੁੱਡ ਯੂ ਰਿਕੁਆਇਰ ਇਨ ਅ ਰੂਮ, ਤੁਹਾਨੂੰ ਕਮਰੇ ਦੇ ਵਿੱਚ ਕੀ ਚਾਹੀਦਾ, ਜਿਵੇਂ ਉਹੀ ਵਾਸ਼ਰੂਮ ਵਗੈਰਾ ਜਾਂ ਟੀ ਵੀ, ਇੱਦਾਂ ਦਾ ਕੋਈ ਚੀਜ਼ਾਂ ਜਾਂ ਸਹੂਲਤਾਂ ਤੁਹਾਨੂੰ ਚਾਹੀਦੀਆਂ ਨੇ, ਤਾਂ ਉਹ ਚੀਜ਼ਾਂ ਮਾਇੰਡ 'ਤੇ ਰੱਖਾਂਗੇ। ਵੁੱਡ ਯੂ ਟੇਕ ਦ ਹੈਲਪ ਆਫ ਅ ਬ੍ਰੋਕਰ, ਵੀ ਕਿਆ ਤੁਸੀਂ ਕਿਸੇ ਦਲਾਲ ਦੀ ਹੈਲਪ ਲੈਣਾ ਚਾਹੁੰਦੇ ਹੋ ਜਾਂ ਖੁਦ ਲੱਭੋਗੇ। ਹੁਣ ਦੇਖੋ, ਖੁਦ ਵੀ ਤੁਸੀਂ ਲੱਭ ਸਕਦੇ ਹੋ, ਪਰ ਕਈ ਵਾਰੀ ਕਿਆ ਹੁੰਦਾ, ਦਲਾਲ ਇੱਕ ਐਸਾ ਵਿਅਕਤੀ ਹੈ ਜੋ ਆਪਣੇ ਅਤੇ ਜੋ ਸਾਨੂੰ ਕਮਰਾ ਮਿਲਣਾ ਜਾਂ ਜਿਹੜਾ ਮਕਾਨ ਮਾਲਕ ਹੈ ਅਤੇ ਆਪਣੇ ਵਿੱਚ ਇੱਕ ਲਿੰਕ ਦਾ ਕੰਮ ਕਰਦਾ, ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਕਿ ਕਿਹੜਾ ਕਮਰਾ ਕਿੱਥੇ ਖਾਲੀ ਪਿਆ ਜਾਂ ਨਹੀਂ ਹੈ। ਤਾਂ ਉਹਨਾਂ ਦੀ ਹੈਲਪ ਨਾਲ ਆਪਾਂ ਬਹੁਤ ਜਲਦੀ ਲੱਭ ਲੈਂਦੇ ਹਾਂ। ਤਾਂ ਜੇ ਆਪ ਵੀ ਲੱਭੋ ਤਾਂ ਉਹ ਵੀ ਈਜ਼ੀ ਹੈ, ਜੇ ਉਹਨਾਂ ਦੀ ਹੈਲਪ ਲਓ ਤਾਂ ਓਬਵੀਅਸ ਕੁਛ ਨਾ ਕੁਛ ਤਾਂ ਉਹਨਾਂ ਨੂੰ ਦੇਣਾ ਹੀ ਪਏਗਾ ਆਪਾਂ ਨੂੰ, ਜਿਵੇਂ ਕੁਛ ਪਰਸੈਂਟ ਉਹ ਹਿੱਸਾ ਆਪਣੇ ਤੋਂ ਲੈ ਲੈਂਦੇ ਆ। ਤਾਂ ਅੱਗੇ ਦੇਖਦੇ ਹਾਂ ਨੈਕਸਟ ਸੈਂਟੈਂਸ ਕੀ ਲਿਖਿਆ ਇਹਨਾਂ ਨੇ। ਵੁੱਡ ਯੂ ਨੈਗੋਸ਼ੀਏਟ ਦਾ ਰੈਂਟ, ਵੀ ਕਿਆ ਤੁਸੀਂ ਕਿਰਾਏ ਨੂੰ ਘਟਾਉਣਾ ਜਾਂ ਵਧਾਉਣਾ ਚਾਹੋਗੇ। ਓਬਵੀਅਸ ਵਧਾਉਣਾ ਤਾਂ ਨਹੀਂ ਚਾਹੁੰਦੇ, ਤਾਂ ਘਟਾਉਣਾ ਜ਼ਰੂਰ ਚਾਹਵਾਂਗੇ। ਤਾਂ ਇੱਦਾਂ ਦੀਆਂ ਕਈ ਗੱਲਾਂ ਨੇ ਜਿਹੜੀਆਂ ਆਪਾਂ ਮਾਇੰਡ ਦੇ ਵਿੱਚ ਰੱਖਦੇ ਹਾਂ ਜਦੋਂ ਆਪਾਂ ਕਿਰਾਏ 'ਤੇ ਰਹਿਣ ਲਈ ਥਾਂ ਲੱਭਦੇ ਹਾਂ ਜਾਂ ਰਹਿਣ ਲਈ ਸਿੰਪਲੀ ਥਾਂ ਲੱਭਦੇ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਮਾਇੰਡ ਦੇ ਵਿੱਚ ਰੱਖਦੇ ਹਾਂ। ਤਾਂ ਇਹਨਾਂ ਚੀਜ਼ਾਂ ਨੂੰ ਮਾਇੰਡ ਦੇ ਵਿੱਚ ਰੱਖਦੇ ਹੋਏ ਅੱਗੇ ਆਪਾਂ ਪੜ੍ਹਦੇ ਹਾਂ ਅਤੇ ਦੇਖਦੇ ਹਾਂ ਕਿਹੜੀਆਂ ਹੋਰ ਐਕਸਟਰਾ ਗੱਲਾਂ ਨੂੰ ਆਪਾਂ ਯੂਜ਼ ਕਰਦੇ ਹਾਂ। ਜਿਵੇਂ ਆਪਣੇ ਕੋਲ ਇਹ ਵਾਕ ਦਿੱਤਾ ਹੋਇਆ, ਹੇਠਾਂ ਇੱਕ ਸ਼ਰਤਾਂ ਦੀ ਸੂਚੀ ਦਿੱਤੀ ਗਈ ਹੈ ਜੋ ਉਦੋਂ ਪੇਸ਼ ਆਉਂਦੀਆਂ ਹਨ ਜਦੋਂ ਤੁਸੀਂ ਇੱਕ ਰਿਹਾਇਸ਼ ਕਿਰਾਏ 'ਤੇ ਲੈਣਾ ਚਾਹੁੰਦੇ ਹੋ, ਮਤਲਬ ਵੀ ਤੁਸੀਂ ਕੋਈ ਕਮਰਾ ਲੈਣਾ ਚਾਹੁੰਦੇ ਹੋ। ਕਿਰਾਏ ਦੀਆਂ ਸ਼ਰਤਾਂ ਜਿਸਨੂੰ ਆਪਾਂ ਰੈਂਟਿੰਗ ਟਰਮਸ ਕਹਿੰਦੇ ਹਾਂ, ਉਹਨਾਂ ਨੂੰ ਉੱਚੀ ਪੜ੍ਹਨਾ ਅਤੇ ਇਹਨਾਂ ਦੇ ਮਤਲਬ ਨੂੰ ਸਮਝਣਾ ਆਪਾਂ। ਹੁਣ ਸਭ ਤੋਂ ਪਹਿਲਾਂ ਬ੍ਰੋਕਰ, ਹੁਣ ਦੇਖੋ ਬ੍ਰੋਕਰ ਜਾਂ ਬ੍ਰੋਕਰ ਕੌਣ ਹੁੰਦਾ ਹੈ, ਇੱਕ ਵਿਅਕਤੀ ਜੋ ਆਪਣੇ ਲਈ ਰੇਟ ਨੂੰ ਘਟਾਉਣ ਜਾਂ ਵਧਾਉਣ ਜਾਂ ਆਪਾਂ ਨੂੰ ਕਮਰਾ ਲੱਭ ਕੇ ਦੇਣ ਦੇ ਵਿੱਚ ਹੈਲਪ ਕਰ ਰਿਹਾ, ਜਿਸਨੂੰ ਅਸੀਂ ਦਲਾਲ ਵੀ ਕਹਿ ਦਿੰਦੇ ਹਾਂ। ਤਾਂ ਇਗਜ਼ਾਮਪਲ ਦਿੱਤੀ ਹੈ ਵਾਕ ਬਣਾਉਣ ਦੀ, ਦਾ ਬ੍ਰੋਕਰ ਹੈਲਪ ਮੀ ਫਾਈਂਡ ਅ ਰੂਮ ਐਟ ਅ ਰੀਜ਼ਨੇਬਲ ਪ੍ਰਾਈਜ਼, ਤਾਂ ਦਲਾਲ ਨੇ ਮੇਰੀ ਮਦਦ ਕੀਤੀ ਕਮਰਾ ਲੱਭਣ ਦੇ ਲਈ ਬਹੁਤ ਹੀ ਸਸਤੇ ਪ੍ਰਾਈਜ਼ ਦੇ ਵਿੱਚ। ਉਸ ਤੋਂ ਬਾਅਦ ਆਉਂਦਾ ਰੈਂਟ, ਹੁਣ ਰੈਂਟ ਤਾਂ ਤੁਸੀਂ ਆਮ ਹੀ ਸੁਣਦੇ ਆਏ ਹੋ ਕਿ ਰੈਂਟ ਮੈਨੇ ਦਿੱਤਾ ਜਾਂ ਇੰਨਾ ਰੈਂਟ ਹੈ, ਜਿਸਨੂੰ ਆਪਾਂ ਕਿਰਾਇਆ ਕਹਿ ਦਿੰਦੇ ਹਾਂ, ਸੁਣਿਆ ਹੀ ਹੋਏਗਾ ਤੁਸੀਂ। ਦੂਜੇ ਵਿਅਕਤੀ ਦੀ ਮਲਕੀਅਤ ਵਾਲੀ ਜਗ੍ਹਾ ਉੱਤੇ ਠਹਿਰਨ ਲਈ ਕਿਸੇ ਵਿਅਕਤੀ ਦੁਆਰਾ ਦਿੱਤੀ ਗਈ ਅਦਾਇਗੀ, ਉਹੀ ਹੋ ਗਿਆ ਜੀ, ਕਿਰਾਇਆ ਆਪਾਂ ਦੇ ਰਹੇ ਹਾਂ ਜਾਂ ਕੋਈ ਅਦਾਇਗੀ ਦੇ ਰਹੇ ਹਾਂ ਤਾਂ ਉਸਨੂੰ ਅਸੀਂ ਰੈਂਟ ਕਹਿ ਦਿੰਦੇ ਹਾਂ। ਤਾਂ ਇਸ ਦੀ ਇਗਜ਼ਾਮਪਲ ਦਿੱਤੀ, ਆਈ ਐਂਡ ਮਾਈ 3 ਫਰੈਂਡਸ ਆਰ ਲਿਵਿੰਗ ਔਨ ਰੈਂਟ ਨਾਓ, ਵੀ ਮੈਂ ਅਤੇ ਮੇਰੇ ਹੋਰ 3 ਦੋਸਤ ਕਿਰਾਏ 'ਤੇ ਰਹਿ ਰਹੇ ਹਾਂ। ਦੈਨ ਉਸ ਤੋਂ ਬਾਅਦ ਨੈਕਸਟ ਆਉਂਦਾ PG, ਬੜਾ ਫੇਮਸ ਸ਼ਬਦ ਹੈ ਜੀ, ਗਾਣਿਆਂ ਦੇ ਵਿੱਚ ਵੀ ਆ ਗਿਆ, ਕਈ ਤੁਸੀਂ ਸੁਣੇ ਵੀ ਹੋਣਗੇ। ਤਾਂ PG
ਤਾਂ ਪੀਜੀ ਤੋਂ ਇੱਕ ਗੱਲ ਯਾਦ ਆਈ ਮੈਨੂੰ, ਤਾਂ ਪੀਜੀ ਕਿਹੜੇ ਸੌਂਗ ਦੇ ਵਿੱਚ ਆ ਰਿਹਾ ਉਹ ਮੈਨੂੰ ਕਮੈਂਟ ਕਰਕੇ ਦੱਸੋ। ਰਾਜੇ ਕਮੈਂਟ ਤੁਸੀਂ ਕਰਦਿਆ ਕਰੋ, ਚਾਹੇ ਕੋਈ ਤੁਹਾਡਾ ਗਲਤ ਹੁੰਦਾ ਆਨਸਰ ਚਾਹੇ ਸਹੀ ਹੁੰਦਾ, ਐਟਲੀਸਟ ਮੈਨੂੰ ਇਹ ਹੁੰਦਾ ਕਿ ਸਟੂਡੈਂਟਸ ਮੇਰੀ ਵੀਡੀਓਜ਼ ਨੂੰ ਦੇਖ ਰਹੇ ਹੈ ਅਤੇ ਮੇਰਾ ਵੀ ਦਿਲ ਕਰਦਾ ਕਿ ਮੈਂ ਹੋਰ ਅੱਗੇ ਵੀਡੀਓਜ਼ ਬਣਾਵਾਂ। ਤਾਂ ਇਹ ਸੌਂਗ ਵਾਲਾ ਤਾਂ ਮੈਂ ਜਸਟ ਵੈਸੇ ਹੀ ਕਹਿ ਰਿਹਾ, ਪਰ ਸੌਂਗ ਮੈਨੂੰ ਜ਼ਰੂਰ ਦੱਸੋ, ਦੇਖਦੇ ਹਾਂ ਤੁਹਾਨੂੰ ਕਿੰਨੇ ਕੁ ਗਾਣੇ ਪਤਾ ਹੈ। ਤਾਂ ਪੀਜੀ ਪੜ੍ਹਦੇ ਹਾਂ ਜੀ, ਪੇਇੰਗ ਗੈਸਟ ਜਿਸਦਾ ਪੂਰਾ ਨਾਮ ਹੈ, ਮਾਲਕ ਦੇ ਘਰ ਕਿਰਾਏ ਉੱਤੇ ਰਹਿਣ ਵਾਲਾ ਵਿਅਕਤੀ। ਆਪਾਂ ਕਿਸੇ ਦੇ ਘਰ ਐਜ਼ ਅ ਗੈਸਟ ਰਹਿ ਰਹੇ ਹਾਂ, ਪਰ ਰਹਿਣ ਦੇ ਲਈ ਆਪਾਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਕਿਰਾਏ ਵੀ ਦੇ ਰਹੇ ਹਾਂ। ਤਾਂ ਉਸਨੂੰ ਆਪਾਂ ਕਹਿ ਦਿੰਦੇ ਹਾਂ ਕਿ ਕਿਰਾਏ 'ਤੇ ਰਹਿਣ ਵਾਲਾ ਮਹਿਮਾਨ, ਤਾਂ ਉਸਨੂੰ ਆਪਾਂ ਪੇਇੰਗ ਗੈਸਟ ਕਹਿ ਦਿੰਦੇ ਹਾਂ। ਐਗਜ਼ਾਮਪਲ ਹੈ, ਪੀਜੀ ਅਕੋਮੋਡੇਸ਼ਨਸ ਆਰ ਈਜ਼ਲੀ ਅਵੇਲੇਬਲ ਦੀਜ਼ ਡੇਜ਼। ਤਾਂ ਪੀਜੀ ਅਕੋਮੋਡੇਸ਼ਨ ਮਤਲਬ ਪੇਇੰਗ ਗੈਸਟ ਵਾਲੀਆਂ ਰਹਿਣ ਵਾਲੀਆਂ ਥਾਵਾਂ ਅੱਜ ਕੱਲ੍ਹ ਬਹੁਤ ਆਸਾਨੀ ਨਾਲ ਮਿਲ ਜਾਂਦੀਆਂ ਹਨ। ਨੈਕਸਟ ਪੜ੍ਹਦੇ ਹਾਂ ਕੀ ਦਿੱਤਾ ਹੋਇਆ। ਅਪਾਰਟਮੈਂਟ, ਅਪਾਰਟਮੈਂਟ ਨੂੰ ਅਸੀਂ ਫਲੈਟ ਕਹਿ ਦਿੰਦੇ ਹਾਂ, ਜੋ ਡੈਲੀ ਵਗੈਰਾ ਸ਼ਹਿਰ ਹੈ ਉੱਥੇ ਅਪਾਰਟਮੈਂਟਸ ਹੀ ਹੁੰਦੇ ਆ, ਜਾਂ ਮੋਹਾਲੀ ਜਾਂ ਚੰਡੀਗੜ੍ਹ ਹੋ ਗਿਆ, ਅਪਾਰਟਮੈਂਟ ਹੀ ਹੁੰਦੇ ਆ ਉੱਥੇ ਜ਼ਿਆਦਾਤਰ, ਕਮਰੇ ਵਗੈਰਾ ਬਹੁਤ ਰੇਅਰ ਹੁੰਦੇ ਆ। ਤਾਂ ਅਪਾਰਟਮੈਂਟ ਜਿੱਥੇ ਆਪਾਂ ਨੂੰ ਕਮਰੇ ਜ਼ਿਆਦਾ ਮਿਲਦੇ ਆ, ਜਿਵੇਂ 2 ਰੂਮ ਹੋ ਗਏ ਜਾਂ 2 ਬੈਡਰੂਮ ਸੈੱਟ ਹੋ ਗਿਆ, ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿੱਥੇ ਬਹੁਤ ਸਾਰੇ ਫਰੈਂਡਸ ਮਿਲ ਕੇ ਰਹਿੰਦੇ ਆ, ਉਹਨੂੰ ਆਪਾਂ ਅਪਾਰਟਮੈਂਟ ਕਹਿ ਦਿੰਦੇ ਹਾਂ। ਐਗਜ਼ਾਮਪਲ, ਸ਼ੀਲ ਐਂਡ ਰੇਨੂ ਹੈਵ ਰੈਂਟਿਡ ਅ 2 ਰੂਮ ਅਪਾਰਟਮੈਂਟ ਇਨ ਪੂਨੇ। ਵੀ ਸ਼ੀਲਾ ਅਤੇ ਰੇਨੂ ਨੇ ਪੂਨੇ ਸ਼ਹਿਰ ਦੇ ਵਿੱਚ 2 ਕਮਰਿਆਂ ਦਾ ਇੱਕ ਅਪਾਰਟਮੈਂਟ ਲਿਆ। ਦੈਨ ਨੈਕਸਟ ਆਪਣੇ ਕੋਲ ਲੈਂਡਲੋਰਡ ਜਾਂ ਲੈਂਡਲੇਡੀ। ਤਾਂ ਲੈਂਡਲੋਰਡ ਜਾਂ ਲੈਂਡਲੇਡੀ ਉਹ ਵਿਅਕਤੀ ਹੁੰਦਾ ਜੋ ਸਾਨੂੰ ਮਕਾਨ ਮੁਹੱਈਆ ਕਰਵਾ ਰਿਹਾ, ਕਿਰਾਏ ਦੇ ਉੱਪਰ ਮੁਹੱਈਆ ਕਰਵਾ ਰਿਹਾ, ਜਾਂ ਆਪਾਂ ਇੱਦਾਂ ਕਹਿ ਸਕਦੇ ਹਾਂ ਮਕਾਨ ਮਾਲਕ ਜਾਂ ਮਕਾਨ ਮਾਲਕਣ, ਉਹਨਾਂ ਨੂੰ ਅਸੀਂ ਲੈਂਡਲੋਰਡ ਜਾਂ ਲੈਂਡਲੇਡੀ ਕਹਿੰਦੇ ਹਾਂ। ਰਾਜੇ ਹੁਣ ਫਿਲਹਾਲ ਦੀ ਘੜੀ ਤੁਸੀਂ ਆਹ ਵਾਲੇ ਸ਼ਬਦਾਂ ਨੂੰ ਕਾਪੀ 'ਤੇ ਜ਼ਰੂਰ ਲਿਖ ਲਿਓ, ਇਹਨਾਂ ਨੂੰ ਆਪਾਂ ਕਰਨਾ ਹੈ ਕਾਪੀ ਦੇ ਉੱਪਰ, ਕਿਉਂਕਿ ਇੱਕ ਲਾਈਨ ਦੀ ਐਗਜ਼ਾਮਪਲ ਹੈ, ਜਸਟ ਇੱਕ ਲਾਈਨ ਦੀ ਡੈਫੀਨੇਸ਼ਨ ਹੈ, ਐਗਜ਼ਾਮਪਲਸ ਹੈ, ਤਾਂ ਇਹਨਾਂ ਨੂੰ ਕਾਪੀ 'ਤੇ ਨੋਟ ਕਰ ਲਿਓ। ਇਹਨਾਂ ਦੇ ਵਿੱਚੋਂ ਪੇਪਰ ਦੇ ਵਿੱਚ ਕਾਫੀਆਂ ਚੀਜ਼ਾਂ ਆ ਜਾਂਦੀਆਂ ਨੇ, ਜਿਵੇਂ ਬ੍ਰੋਕਰ ਆ ਜਾਂਦਾ, ਰੈਂਟ ਆ ਜਾਂਦਾ, ਪੀਜੀ, ਲੈਂਡਲੋਰਡ ਕਈ ਵਾਰੀ ਆਉਂਦਾ, ਟੀਨੈਂਟ ਆ ਜਾਂਦਾ, ਫਾਈਨਲ ਦੇ ਵਿੱਚ ਟੀਨੈਂਟ ਆਇਆ ਹੋਇਆ, ਫਿਰ ਕਮਿਸ਼ਨ, ਸਿਕਿਉਰਿਟੀ ਨੋਟਿਸ, ਤਾਂ ਇਹ ਕਾਫੀ ਚੀਜ਼ਾਂ ਆ ਜਾਂਦੀਆਂ ਨੇ ਪੇਪਰ ਦੇ ਵਿੱਚ, ਤਾਂ ਇਹ ਨੋਟ ਕਰਨਾ ਆਪਾਂ। ਟੀਨੈਂਟ, ਵੈਸੇ ਟੀਨੈਂਟ ਕਹਿ ਦਿੰਦੇ ਹਾਂ, ਅਸਲ ਦੇ ਵਿੱਚ ਇਸਨੂੰ ਟੈਨੈਂਟ ਬੋਲਦੇ ਹਾਂ ਆਪਾਂ। ਤਾਂ ਟੈਨੈਂਟ ਕੌਣ ਹੁੰਦਾ? ਇੱਕ ਵਿਅਕਤੀ ਜੋ ਕਿਰਾਏ ਉੱਤੇ ਰਹਿ ਰਿਹਾ, ਤਾਂ ਹੁਣ ਉਸ ਵਿਅਕਤੀ ਨੂੰ ਵਾਂਗ ਜਿਹੜਾ ਕਿਰਾਏ 'ਤੇ ਰਹਿ ਰਿਹਾ, ਜਿਵੇਂ ਮੰਨ ਲਓ ਮੈਂ ਕਿਸੇ ਦੇ ਘਰ ਕਿਰਾਏ 'ਤੇ ਰਹਿ ਰਿਹਾ, ਤਾਂ ਮੈਂ ਟੈਨੈਂਟ ਹਾਂ। ਜਿਵੇਂ ਮਿਸਟਰ ਗੁਪਤਾ ਟੈਨੈਂਟ ਆਲਵੇ ਪੇ ਦੇ ਰੈਂਟ ਔਨ ਟਾਈਮ, ਕੋਈ ਮਿਸਟਰ ਗੁਪਤਾ ਹੈ ਜੋ ਉਹਨਾਂ ਦਾ ਕਿਰਾਏਦਾਰ ਹੈ, ਤਾਂ ਉਹ ਹਮੇਸ਼ਾ ਰੈਂਟ ਜੋ ਆ ਉਹ ਟਾਈਮ 'ਤੇ ਪੇ ਕਰ ਦਿੰਦਾ। ਤਾਂ ਸਿੰਗਲ ਰੂਮ ਫਲੈਟ, ਡਬਲ ਰੂਮ ਫਲੈਟ ਕਿਆ ਹੁੰਦਾ ਹੈ? ਵੀ 1 ਕਮਰੇ ਦਾ ਫਲੈਟ ਹੋ ਗਿਆ ਜਾਂ 2 ਕਮਰਿਆਂ ਦਾ ਫਲੈਟ ਹੋ ਗਿਆ, ਤਾਂ ਇਹ ਆਈ ਥਿੰਕ ਦੱਸਣ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ ਹੈ ਕਮਿਸ਼ਨ, ਕਮਿਸ਼ਨ ਹੁੰਦਾ ਕੁਛ ਹਿੱਸਾ ਜੋ ਅਸੀਂ ਦਲਾਲ ਨੂੰ ਦੇ ਰਹੇ ਹਾਂ ਉਸ ਦੀਆਂ ਸੇਵਾਵਾਂ ਦੇ ਬਦਲੇ, ਜਿਵੇਂ ਆਪਾਂ ਵੀ ਕਈ ਵਾਰੀ ਯੂਜ਼ ਕਰਦੇ ਹਾਂ ਵੀ ਹਾਂ ਮੈਂ ਤੇਰਾ ਇਹ ਕੰਮ ਕਰ ਤਾਂ ਦਊਂਗਾ ਜਾਂ ਕਰ ਤਾਂ ਦਊਂਗੀ, ਪਰ ਕਮਿਸ਼ਨ ਲੱਗਣੀ ਹੈ। ਤਾਂ ਕਮਿਸ਼ਨ ਜੋ ਹੁੰਦੀ ਆ, ਆਪਾਂ ਕੁਛ ਹਿੱਸਾ ਲੈ ਰਹੇ ਹਾਂ, ਵੀ ਆਪਣੀਆਂ ਸੇਵਾਵਾਂ ਦੇ ਬਦਲੇ ਆਪਾਂ ਕੁਛ ਹਿੱਸਾ ਲੈ ਰਹੇ ਹਾਂ, ਜਾਂ ਕਿਸੇ ਦੀ ਸੇਵਾਵਾਂ ਦੇ ਬਦਲੇ ਉਸਨੂੰ ਕੁਛ ਹਿੱਸਾ ਦੇ ਰਹੇ ਹਾਂ। ਵੀ ਆਲਸੋ ਹੈਵ ਟੂ ਪੇ, ਐਗਜ਼ਾਮਪਲ ਦੇਖਦੇ ਹਾਂ, ਵੀ ਆਲਸੋ ਹੈਵ ਟੂ ਪੇ ਦਾ ਬ੍ਰੋਕਰ ਹਿਸ ਕਮਿਸ਼ਨ, ਵੀ ਉਹ ਬ੍ਰੋਕਰ ਨੂੰ ਆਪਾਂ ਨੂੰ ਕਮਿਸ਼ਨ ਵੀ ਦੇਣੀ ਪਏਗੀ ਜੇ ਉਹਨਾਂ ਤੋਂ ਆਪਾਂ ਨੇ ਸਰਵਿਸਿਜ਼ ਲੈਣੀਆਂ। ਤਾਂ ਸਿਕਿਉਰਿਟੀ ਕਿਆ ਹੁੰਦਾ? ਆਮ ਤੌਰ 'ਤੇ ਸਿਕਿਉਰਿਟੀ ਦਾ ਮਤਲਬ ਕੁਛ ਹੋਰ ਹੁੰਦਾ, ਪਰ ਇਸ ਸੈਸ਼ਨ ਦੇ ਅਕੋਰਡਿੰਗ ਸਿਕਿਉਰਿਟੀ ਕੁਛ ਹੋਰ ਹੈ। ਸਿਕਿਉਰਿਟੀ ਆਪਾਂ ਕਹਿ ਦਿੰਦੇ ਹਾਂ ਕਿ ਸੁਰੱਖਿਆ, ਸੁਰੱਖਿਅਤ ਜਾਂ ਸੁਰੱਖਿਆ, ਪਰ ਇੱਥੇ ਆਪਾਂ ਸਿਕਿਉਰਿਟੀ ਨੂੰ ਇੱਕ ਅਮਾਊਂਟ ਦੇ ਵਜੋਂ ਜਾਂ ਪੈਸਿਆਂ ਦੇ ਵਜੋਂ ਮੰਨ ਕੇ ਚੱਲਾਂਗੇ। ਗਰੰਟੀ ਵਜੋਂ ਦਿੱਤੀ ਗਈ ਰਾਸ਼ੀ ਜੋ ਕਿ ਬਾਕੀ ਰਹਿੰਦੇ ਕਿਰਾਏ ਵਜੋਂ ਦੇਵੋਗੇ। ਜਿਵੇਂ ਆਪਾਂ ਜਦੋਂ ਸਟਾਰਟਿੰਗ 'ਤੇ ਰਹਿਣਾ ਸ਼ੁਰੂ ਕਰਦੇ ਹਾਂ, ਜਿਵੇਂ ਇਸਨੂੰ ਡਿਪੋਜ਼ਿਟ ਵੀ ਕਿਹਾ ਜਾਂਦਾ, ਜਦੋਂ ਆਪਾਂ ਸਟਾਰਟਿੰਗ 'ਤੇ ਕਮਰੇ ਦੇ ਵਿੱਚ ਰਹਿਣਾ ਸ਼ੁਰੂ ਕਰਦੇ ਹਾਂ ਰੈਂਟ ਦੇ ਉੱਪਰ, ਤਾਂ ਜੋ ਮਕਾਨ ਮਾਲਕ ਹੈ, ਲੈਂਡਲੋਰਡ ਹੈ, ਉਹ ਕਿਆ ਕਰਦਾ? ਆਪਣੇ ਤੋਂ ਸਿਕਿਉਰਿਟੀ ਵਜੋਂ ਕੁਛ ਪੈਸੇ ਜਮ੍ਹਾਂ ਕਰਵਾ ਲੈਂਦਾ। ਜਿਵੇਂ ਮੰਨ ਲਓ 2000 ਸਿਕਿਉਰਿਟੀ ਵਜੋਂ ਜਮ੍ਹਾਂ ਕਰਾ ਲਈ, ਅਤੇ ਆਪਣਾ ਕਮਰੇ ਦਾ ਕਿਰਾਇਆ 2500 ਹੈ, ਤਾਂ ਆਪਾਂ ਪਹਿਲਾਂ 2000 ਜਮ੍ਹਾਂ ਕਰਾ ਅਤੇ 2500 ਬਾਅਦ 'ਚ ਆਪਾਂ ਦੇਵਾਂਗੇ ਉਸਨੂੰ ਕਮਰੇ ਦੇ ਕਿਰਾਏ ਵਜੋਂ। ਤਾਂ ਉਹ 2000 ਆਪਾਂ ਨੂੰ ਕਦੋਂ ਵਾਪਸ ਮਿਲਣਗੇ? ਜਦੋਂ ਆਪਾਂ ਕਮਰਾ ਛੱਡ ਕੇ ਜਾਵਾਂਗੇ। ਤਾਂ ਉਹ 2000 ਕਿਉਂ ਜਮ੍ਹਾਂ ਕਰਾਏ ਜਾਂਦੇ ਆ? ਤਾਂ ਕਿ ਜੇ ਬਾਏ ਚਾਂਸ ਮੇਰੇ ਰਹਿੰਦਿਆਂ ਉੱਥੇ ਕੋਈ ਟੁੱਟ ਭੱਜ ਹੁੰਦੀ ਹੈ, ਤਾਂ ਉਹ ਸਿਕਿਉਰਿਟੀ ਦੇ ਵਿੱਚੋਂ ਕੱਟੇ ਜਾਣ।
ਇਸ ਲਈ ਉਹ ਸਿਕਿਉਰਟੀ ਜਮ੍ਹਾਂ ਹੁੰਦੀ ਆ। ਹੁਣ ਦੇਖੋ ਜੇ ਸਿਕਿਉਰਟੀ ਜਮ੍ਹਾਂ ਕਰਾਉਂਦੇ ਆ ਤਾਂ ਕਿਰਾਏਦਾਰ ਨੂੰ ਵੀ ਇੱਦਾਂ ਹੁੰਦਾ ਕਿ ਮੈਂ ਕੋਈ ਚੀਜ਼ ਨਾ ਤੋੜਾਂ ਮੇਰੇ 2000 ਖਰਾਬ ਹੋ ਜਾਣਗੇ, ਠੀਕ ਹੈ। ਉਹ ਡਿਪੈਂਡ ਕਰਦਾ ਕਿ ਮਕਾਨ ਮਤਲਬ ਆਪਣੇ ਤੋਂ ਕਿੰਨੀ ਸਿਕਿਉਰਟੀ ਰਹਿੰਦਾ। ਇਗਜ਼ਾਮਪਲ ਵੀ ਹੈਵ ਟੂ ਪੇ 2500 ਰੁਪੀਜ਼ ਐਜ਼ ਅ ਸਿਕਿਉਰਟੀ, ਤਾਂ 2500 ਆਪਾਂ ਨੂੰ ਸਿਕਿਉਰਟੀ ਦੇਣੀ ਪਏਗੀ। ਇੱਕ ਆਮ ਜਿਹਾ ਵਾਕ ਹੈ ਨੋਟਿਸ। ਨੋਟਿਸ ਵੈਸੇ ਇੰਗਲਿਸ਼ ਦਾ ਕੁਛ ਹੋਰ ਹੁੰਦਾ, ਉਰੇ ਆਪਾਂ ਨੋਟਿਸ ਦਾ ਮਤਲਬ ਕੁਛ ਹੋਰ ਲਵਾਂਗੇ। ਇੱਕ ਰਸਮੀ ਐਲਾਨ ਜਿਹੜਾ ਕਿ ਤੁਸੀਂ ਆਪਣੇ ਕਿਰਾਏਦਾਰ ਨੂੰ ਜਾਣ ਲਈ ਜਾਂ ਕੱਢਣ ਲਈ ਦਿੰਦੇ ਹੋ। ਹੁਣ ਨੋਟਿਸ ਹੁੰਦਾ ਕਿ ਜੋ ਆਪਣਾ ਮਕਾਨ ਮਾਲਕ ਹੈ ਉਹ ਆਪਾਂ ਨੂੰ ਨੋਟਿਸ ਦਿੰਦਾ ਕੁਛ ਥੋੜ੍ਹੇ ਦਿਨ ਪਹਿਲਾਂ। ਇੱਦਾਂ ਨਹੀਂ ਹੈ ਕਿ ਆਪਾਂ ਨੂੰ ਕਾਗਜ਼ ਦੇ ਉੱਪਰ ਲਿਖ ਕੇ ਨੋਟਿਸ ਦੇ ਰਿਹਾ। ਇਹ ਚੀਜ਼ਾਂ ਵੱਡੀਆਂ ਕੰਪਨੀਆਂ ਦੇ ਵਿੱਚ ਹੁੰਦੀਆਂ ਨੇ ਵੀ ਆਪਾਂ ਨੋਟਿਸ ਕਾਗਜ਼ ਦੇ ਉੱਪਰ ਲਿਖ ਕੇ ਦੇ ਰਹੇ ਹਾਂ, ਮਤਲਬ ਇੱਕ ਪ੍ਰੋਪਰ ਨੋਟਿਸ ਬਣਾ ਕੇ ਦੇ ਰਹੇ ਹਾਂ ਵੀ ਮੈਂ ਕੰਪਨੀ ਨੂੰ ਛੱਡਣ ਲੱਗਿਆ ਜਾਂ ਮੈਂ ਜੋਬ ਛੱਡਣ ਲੱਗਿਆ। ਤਾਂ ਉਹ ਨੋਟਿਸ ਵੀ ਹੁੰਦਾ, ਉਹ ਵੀ ਸੇਮ ਹੈ। ਅਤੇ ਜਿਹੜਾ ਕਿਰਾਏ ਵਾਲਾ ਨੋਟਿਸ ਹੈ, ਇਸ ਦੇ ਵਿੱਚ ਕਿਆ ਹੁੰਦਾ ਕਿ ਜੋ ਮਕਾਨ ਮਾਲਕ ਉਹ ਆਪਾਂ ਨੂੰ ਜਿਵੇਂ ਮੰਨ ਲਓ ਹਫ਼ਤੇ ਪਹਿਲਾਂ ਕਹਿ ਦਿੰਦਾ ਵੀ ਹਾਂਜੀ ਹਫ਼ਤੇ ਬਾਅਦ ਤੁਸੀਂ ਇਹ ਕਮਰਾ ਖਾਲੀ ਕਰ ਦਿਓ ਵੀ ਹੁਣ ਅਸੀਂ ਇਸ ਕਮਰੇ ਨੂੰ ਕਿਸੇ ਹੋਰ ਨੂੰ ਦੇਣਾ ਕਿਰਾਏ ਦੇ ਲਈ, ਜਾਂ ਫਿਰ ਕਿਰਾਏਦਾਰ ਖੁਦ ਹੀ ਕਹਿ ਦਿੰਦਾ ਵੀ ਹਫ਼ਤੇ ਬਾਅਦ ਮੈਂ ਕਮਰਾ ਖਾਲੀ ਕਰਾਂਗਾ। ਤਾਂ ਇਸ ਚੀਜ਼ ਨੂੰ ਅਸੀਂ ਨੋਟਿਸ ਕਹਿੰਦੇ ਹਾਂ ਵੀ ਥੋੜ੍ਹੇ ਟਾਈਮ ਪਹਿਲਾਂ, ਮਹੀਨਾ ਜਾਂ ਹਫ਼ਤੇ ਪਹਿਲਾਂ ਅਸੀਂ ਇੱਕ ਐਲਾਨ ਕਰਤਾ ਕਿ ਮੈਂ ਕਮਰਾ ਛੱਡ ਰਿਹਾ ਵੀ ਤੁਸੀਂ ਆਪਣਾ ਦੇਖ ਲਓ, ਤਾਂ ਕਿ ਉਹ ਹਫ਼ਤੇ ਦੇ ਵਿੱਚ ਜਾਂ ਤਾਂ ਮਕਾਨ ਮਾਲਕ ਜਾਂ ਕਿਰਾਏਦਾਰ ਆਪਣਾ ਕੋਈ ਹੋਰ ਇੰਤਜ਼ਾਮ ਕਰ ਸਕੇ। ਤਾਂ ਆਈ ਹੋਪ ਕਿ ਇੱਥੇ ਤੱਕ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਤਾਂ ਉਸ ਤੋਂ ਬਾਅਦ ਦੇਖਦੇ ਹਾਂ ਜੀ ਕਿਆ ਦਿੱਤਾ ਹੋਇਆ ਇਹਨਾਂ ਨੇ। ਹੇਠਾਂ ਰਹਿਣ ਲਈ ਥਾਂ ਲੱਭਣ ਲਈ ਦਿੱਤੇ ਗਏ ਵਾਰਤਾਲਾਪ ਸੈਕਸ਼ਨ ਨੂੰ ਪੜ੍ਹੋ, ਤਾਂ ਆਪਣਾ ਫੇਵਰੇਟ ਐਂਡ ਇੰਟਰਸਟਿੰਗ ਸੈਕਸ਼ਨ ਆ ਗਿਆ ਜੀ। ਇਸ ਦੇ ਵਿੱਚ ਆਪਾਂ ਰੋਲ ਪਲੇਅ ਕਰਨਾ, ਇੱਕ ਕਾਫੀ ਇੰਟਰਸਟਿੰਗ ਰੋਲ ਪਲੇਅ ਹੈ ਇਸ ਦੇ ਵਿੱਚ। ਮੇਰੇ ਸਕੂਲ ਦੇ ਜੋ ਲੈਵਲ 3 ਦੇ ਬੱਚੇ ਹੈ, ਹੁਣ ਕਰੰਟਲੀ ਲੈਵਲ 3 ਦੇ ਵਿੱਚ ਹੈ, ਪਹਿਲਾਂ 10th ਕਲਾਸ ਦੇ ਵਿੱਚ ਸੀਗੇ, ਤਾਂ ਉਹਨਾਂ ਨੇ ਕਾਫੀ ਅੱਛਾ ਰੋਲ ਪਲੇਅ ਕੀਤਾ ਸੀ। ਇੱਕ ਆਮ ਤੌਰ 'ਤੇ ਕਿਰਾਏਦਾਰ ਜੋ ਕਮਰਾ ਲੱਭ ਰਿਹਾ ਅਤੇ ਬ੍ਰੋਕਰ ਦੇ ਵਿੱਚ ਦੀ ਗੱਲ ਦਰਸਾਈ ਗਈ ਹੈ ਕਿ ਮੈਨੂੰ ਕਮਰਾ ਚਾਹੀਦਾ, ਤਾਂ ਉਹ ਸਾਰੀਆਂ ਗੱਲਾਂ ਇਸ ਦੇ ਵਿੱਚ ਦੱਸੀਆਂ ਗਈਆਂ ਨੇ। ਤਾਂ ਇਸਨੂੰ ਮੈਂ ਹਾਲੇ ਫਿਲਹਾਲ ਨਹੀਂ ਕਵਰ ਕਰ ਰਿਹਾ, ਇਹ ਸਕੂਲ ਦੇ ਵਿੱਚ ਆਪਾਂ ਕਵਰ ਕਰਾਂਗੇ। ਤਾਂ ਫਾਈਨਲੀ ਇਸ ਸੈਸ਼ਨ ਦੇ ਵਿੱਚ ਆਪਾਂ ਕਰਨਾ ਚੱਲ ਰਿਹਾ ਭਵਿੱਖਕਾਲ, ਫਿਊਚਰ ਕੰਟੀਨਿਊਸ ਟੈਂਸ, ਕਾਫੀ ਈਜ਼ੀ ਹੈ। ਤਾਂ ਫਿਊਚਰ ਕੰਟੀਨਿਊਸ ਟੈਂਸ ਕਿਆ ਹੁੰਦਾ ਹੈ? ਉਹ ਵਾਲਾ ਕੰਮ ਜੋ ਆਉਣ ਵਾਲੇ ਸਮੇਂ ਦੇ ਵਿੱਚ, ਆਪਾਂ ਕੁਛ ਇਸ ਤਰੀਕੇ ਨਾਲ ਦੱਸ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਹੋ ਰਿਹਾ ਹੋਵੇਗਾ, ਵੀ ਜਦੋਂ ਇਹ ਟਾਈਮ ਆਏਗਾ ਜਾਂ ਫਿਰ ਇਹ ਇੰਨੇ ਵੱਜਣਗੇ ਤਾਂ ਇਹ ਕੰਮ ਚੱਲ ਰਿਹਾ ਹੋਵੇਗਾ। ਜਿਵੇਂ ਆਪਾਂ ਕਈ ਵਾਰੀ ਸਕੂਲ ਦੇ ਵਿੱਚ ਲੇਟ ਹੁੰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਵੀ ਜਦੋਂ ਆਪਾਂ ਸਕੂਲ ਪਹੁੰਚਾਂਗੇ ਤਾਂ ਮੇਰੇ ਹਿਸਾਬ ਨਾਲ ਪ੍ਰੇਅਰ ਹੋ ਰਹੀ ਹੋਵੇਗੀ। ਤਾਂ ਇੱਦਾਂ ਦੀਆਂ ਚੀਜ਼ਾਂ ਜੋ ਅਸੀਂ ਦੱਸਦੇ ਹਾਂ ਤਾਂ ਉਹ ਫਿਊਚਰ ਕੰਟੀਨਿਊਸ ਟੈਂਸ ਦੇ ਵਿੱਚ ਦੱਸਦੇ ਹਾਂ। ਤਾਂ ਇਸਦਾ ਰੂਲ ਕਿਹਾ ਹੈ? ਵਿਲ ਬੀ ਵਰਬ ਦੇ ਨਾਲ ING। ਰਾਜੇ ਇੱਕ ਚੀਜ਼ ਧਿਆਨ 'ਚ ਰੱਖਣੀ ਹੈ, ਕੰਟੀਨਿਊਸ ਜਿੱਥੇ ਆਉਂਦਾ, ਚਾਹੇ ਫਿਊਚਰ ਹੈ, ਚਾਹੇ ਪਾਸਟ ਹੈ, ਚਾਹੇ ਪ੍ਰੈਜੈਂਟ ਹੈ, ਉੱਥੇ ਵਰਬ ਦੇ ਨਾਲ ਆਪਾਂ ING ਲਗਾਵਾਂਗੇ, ਵਰਬ ਦੀ ਫਸਟ ਫੋਰਮ ਐਂਡ ING। ਕਲੀਅਰ? ਤਾਂ ਫਿਊਚਰ ਕੰਟੀਨਿਊਸ ਦੇ ਵਿੱਚ ਆਉਂਦਾ ਵਿਲ ਜਾਂ ਸ਼ੈਲ ਦੇ ਨਾਲ ਬੀ, ਫਿਰ ਵਰਬ ਦੀ ਫਸਟ ਫੋਰਮ, ਫਿਰ ING। ਇੱਥੇ ਇਹਨਾਂ ਨੇ ਸ਼ੈਲ ਨਹੀਂ ਦੱਸਿਆ ਕਿਉਂਕਿ ਸ਼ੈਲ ਬਹੁਤ ਹੀ ਘੱਟ ਯੂਜ਼ ਹੁੰਦਾ, ਆਈ ਦੇ ਨਾਲ ਕਈ ਵਾਰੀ ਜਾਂ ਯੂ ਦੇ ਨਾਲ ਆਪਾਂ ਕਈ ਵਾਰੀ ਸ਼ੈਲ ਯੂਜ਼ ਕਰ ਲੈਂਦੇ ਹਾਂ। ਪਰ ਹੁਣ ਇੱਥੇ ਬੁੱਕ ਦੇ ਵਿੱਚ ਇਹਨਾਂ ਨੇ ਨਹੀਂ ਦੱਸਿਆ, ਪਰ ਆਪਾਂ ਨੇ ਧਿਆਨ 'ਚ ਰੱਖਣਾ ਕਿ ਸ਼ੈਲ ਵੀ ਯੂਜ਼ ਹੋ ਜਾਂਦਾ, ਪਰ ਜ਼ਿਆਦਾਤਰ ਵਿਲ ਯੂਜ਼ ਕਰਦੇ ਹਾਂ ਤਾਂ ਬੁੱਕ ਦੇ ਵਿੱਚ ਨਹੀਂ ਦੱਸਿਆ ਇਹਨਾਂ ਨੇ। ਤਾਂ ਆਪਾਂ ਕੁਛ ਵਾਕ ਦੇਖਦੇ ਹਾਂ ਫਿਊਚਰ ਕੰਟੀਨਿਊਸ ਦੇ ਵਿੱਚ ਬਣੇ ਹੋਏ, ਜਿਵੇਂ ਆਈ ਵਿਲ ਬੀ ਰਿਪੋਰਟਿੰਗ ਔਨ ਨਿਊਜ਼ ਚੈਨਲ ਟੂ ਨਾਈਟ, ਵੀ ਅੱਜ ਰਾਤ ਮੈਂ ਨਿਊਜ਼ ਚੈਨਲ ਦੇ ਉੱਪਰ ਰਿਪੋਰਟ ਕਰਾਂਗਾ, ਕਰ ਰਿਹਾ ਹੋਵਾਂਗਾ। ਹੀ ਵਿਲ ਬੀ ਕਮਿੰਗ ਹੋਮ ਐਟ ਅਰਾਊਂਡ 10, ਵੀ ਉਹ 10 ਵਜੇ ਘਰ ਆ ਰਿਹਾ ਹੋਵੇਗਾ। ਤਾਂ ਫਾਈਨਲੀ ਆਪਣੇ ਕੋਲ ਫਿਊਚਰ ਕੰਟੀਨਿਊਸ ਟੈਂਸਿਸ ਦੀ ਮੁਲਾਂਕਣ ਸ਼ੀਟ ਆ ਗਈ, ਇਸ ਦੇ ਵਿੱਚ ਆਪਾਂ ਨੂੰ 10 ਦਿੱਤੇ ਹੋਏ ਹਾਂ। ਰਾਜੇ ਹੁਣ ਇਹਨਾਂ ਨੂੰ ਕਰਨ ਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਆਪਾਂ ਹੈਲਪਿੰਗ ਵਰਬ ਅਤੇ ਵਰਬ ਨੂੰ ਲੋਕੇਟ ਕਰੀਏ। ਹੁਣ ਜਿਵੇਂ ਸ਼ਾਂਤ ਨੂੰ ਹੈਲਪਡ ਮੀ ਟੂ ਲੋਕੇਟ ਅ ਗੁੱਡ ਰੂਮ, ਹੈਲਪ ਇਹ ਵਰਬ ਹੈ ਆਪਣੀ, ਤਾਂ ਵਰਬ ਨੂੰ ਆਪਾਂ ਚੇਂਜ ਕਰਨਾ ਫਸਟ ਫੋਰਮ ਅਤੇ ING ਨਾਲ, ਅਤੇ ਉਸਦੇ ਨਾਲ ਵਿਲ ਬੀ ਲਗਾ ਦੇਣਾ। ਤਾਂ ਮੈਂ ਤੁਹਾਨੂੰ ਕਰਕੇ ਦਿਖਾਉਂਦਾ ਇੱਕ। ਹੁਣ ਮੈਨੂੰ ਦੱਸੋ ਰੂਲ ਕੀ ਹੈ ਫਿਊਚਰ ਕੰਟੀਨਿਊਸ ਦਾ? ਹਾਂਜੀ ਦੱਸੋ ਕੀ ਆਏਗਾ, ਸ਼ੈਲ ਬੀ ਜਾਂ ਵਿਲ ਬੀ? ਵਿਲ ਬੀ ਆਏਗਾ, ਵਿਲ ਬੀ। ਹੈਲਪਡ ਦੀ ਫਸਟ ਫੋਰਮ ਕੀ ਹੈ? ਹੈਲਪ, ING ਲੱਗੇਗਾ, ਹੈਲਪਿੰਗ ਮੀ ਲੋਕੇਟ ਅ ਗੁੱਡ ਰੂਮ। ਕਲੀਅਰ? ਤਾਂ ਨੈਕਸਟ ਵੀ ਬਣਾਉਂਦੇ ਹਾਂ ਆਪਾਂ, ਦਾ ਲੈਂਡਲੋਰਡ ਵਿਲ ਬੀ ਚਾਰਜਿੰਗ
charging me too much. ਰਾਜੇ ਦੇਖੋ ਮਜ਼ਾ ਤਾਂ ਆਏਗਾ ਜੇ ਤੁਸੀਂ ਮੈਨੂੰ ਨਾਲ ਨਾਲ ਬੋਲ ਕੇ ਦੱਸੀ ਜਾਓਗੇ, ਮਤਲਬ ਵੀਡੀਓ ਦੇ ਨਾਲ ਨਾਲ ਤੁਸੀਂ ਆਨਸਰ ਵੀ ਬੋਲੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਹੀ ਹੈ ਜਾਂ ਨਹੀਂ ਹੈ। ਮੈਂ ਉਰੇ ਥੋੜ੍ਹਾ ਜਿਹਾ 1 ਜਾਂ 2 ਸੈਕਿੰਡ ਲਈ ਰੁਕਿਆ ਕਰਾਂਗਾ ਤਾਂ ਕਿ ਤੁਸੀਂ ਪਹਿਲਾਂ ਆਪਣੇ ਮਾਇੰਡ ਦੇ ਵਿੱਚ ਬਣਾ ਲਓ ਅਤੇ ਉਸ ਤੋਂ ਬਾਅਦ ਮੈਂ ਬਣਾਵਾਂਗਾ ਅਤੇ ਤੁਸੀਂ ਚੈੱਕ ਕਰਿਓ ਕਿ ਕਿੰਨੇ ਕੁ ਤੁਹਾਡੇ ਸਹੀ ਹੋਏ ਕਿੰਨੇ ਕੁ ਨਹੀਂ ਹੈ। ਹੁਣ ਉਰੇ 10 ਵਾਕ ਆਪਾਂ ਨੂੰ ਦਿੱਤੇ ਹੋਏ ਹੈ ਤਾਂ ਮੈਂ 10 ਦੇ 10 ਕਰਨ ਲੱਗਿਆ ਅੱਜ। ਵੈਸੇ ਮੈਂ ਤੁਹਾਡੇ ਲਈ ਛੱਡ ਦਿੰਦਾ 2 ਜਾਂ 4, ਅੱਜ ਮੈਂ 10 ਦੇ 10 ਕਰਾਂਗਾ। ਪਰ ਇੱਕ ਚੀਜ਼ ਮੈਨੂੰ ਚਾਹੀਦੀ ਹੈ ਕਿ ਜਿਹੜੇ 2 ਸੈਕਿੰਡ ਮੈਂ ਰੁਕਿਆ ਕਰਾਂਗਾ ਤਾਂ ਉਸ ਟਾਈਮ ਤੁਸੀਂ ਆਪਣੇ ਮਾਇੰਡ ਦੇ ਵਿੱਚ ਬਣਾਉਣੇ ਆ ਵਾਕ, ਅਗਰ ਤੁਹਾਡਾ ਸਹੀ ਹੈ ਜਾਂ ਗਲਤ ਹੈ ਉਹ ਮੈਟਰ ਨਹੀਂ ਕਰਦਾ। ਜਦੋਂ ਮੈਂ ਬਣਾ ਚੁੱਕਿਆ ਹੋਵਾਂ ਤਾਂ ਤੁਸੀਂ ਚੈੱਕ ਕਰਨਾ ਕਿ ਤੁਹਾਡੇ ਕਿੰਨੇ ਸਹੀ ਸੀ ਅਤੇ ਕਿੰਨੇ ਗਲਤ ਹੈ, ਤਾਂ ਉਹ ਕਮੈਂਟ ਕਰਕੇ ਮੈਨੂੰ ਦੱਸਣੇ ਆ 10ਾਂ ਦੇ ਵਿੱਚੋਂ ਤੁਹਾਡੇ ਕਿੰਨੇ ਨੰਬਰ ਆਏ। ਕਲੀਅਰ ਹੈ ਜੀ? ਤਾਂ ਦੇਖਦੇ ਹਾਂ ਜੀ ਅੱਜ ਕਿਹੜਾ ਸਟੂਡੈਂਟ ਸਭ ਤੋਂ ਹਾਈਐਸਟ ਨੰਬਰ ਲੈ ਕੇ ਜਾਂਦਾ ਹੈ। ਹੁਣ ਨੈਕਸਟ ਹੈ, ਆਈ ਵਾਜ਼ ਨੈਗੋਸ਼ੀਏਟਿੰਗ ਵਿਦ ਹਿਮ ਟੂ ਲੋਅਰ ਦਾ ਰੈਂਟ। ਹੁਣ ਕਈ ਸਟੂਡੈਂਟ ਸੋਚ ਰਹੇ ਹੋਣਗੇ ਕਿ ਅਸੀਂ ਵੈਸੇ ਹੀ ਗੱਪ ਛੱਡ ਦਾਂਗੇ ਵੀ ਮੇਰੇ ਤਾਂ ਜੀ 10 ਤੋਂ 10 ਆਏ, ਤਾਂ ਝੂਠ ਨਹੀਂ ਬੋਲਣਾ। ਦੇਖਦੇ ਹਾਂ ਆਪਣੇ ਆਪ ਨਾਲ ਸੱਚਾ ਕੌਣ ਰਹਿੰਦਾ। ਤਾਂ ਬਣਾਉਂਦੇ ਹਾਂ ਜੀ ਆਹ ਵਾਲਾ ਵਾਕ, ਆਈ ਵਾਜ਼ ਦੇ ਥਾਂ ਵਿਲ, ਵਿਲ ਦੇ ਨਾਲ ਬੀ, ਨੈਗੋਸ਼ੀਏਟਿੰਗ ਤਾਂ ਇੱਦਾਂ ਹੀ ਰਹੇਗਾ ਵਿਦ ਹਿਮ ਟੂ ਲੋਅਰ ਦਾ ਰੈਂਟ। ਰਾਜੇ ਮੈਂ ਪੂਰੇ ਵਾਕ ਨਹੀਂ ਬਣਾ ਰਿਹਾ ਅੱਗੇ, ਮਤਲਬ ਜਿੰਨਾ ਕੁ ਇੰਪੋਰਟੈਂਟ ਹੈ ਉਨਾ ਕੁ ਬਣਾਊਂਗਾ ਤਾਂ ਕਿ ਵੀਡੀਓ ਜ਼ਿਆਦਾ ਲੈਂਥੀ ਨਾ ਹੋਵੇ। ਆਈ ਆਲਸੋ ਵਿਲ ਬੀ ਆਸਕਿੰਗ, ਨੈਕਸਟ ਦੇਖਦੇ ਹਾਂ, ਇਫ ਨਾਟ ਆਈ ਵਿਲ ਬੀ ਬਾਇੰਗ, ਇਹ ਆਲਰੇਡੀ ਬਾਇੰਗ ਦਿੱਤਾ ਹੋਇਆ। ਨੈਕਸਟ ਹੈ ਆਈ ਐਮ ਸਟੇਇੰਗ, ਤਾਂ ਆਈ ਵਿਲ ਸਟੇਇੰਗ। ਬਾਕੀ ਜੋ ਹਿੱਸਾ ਰਹਿ ਗਿਆ ਉਹ ਵੀ ਲਿਖਣਾ ਤੁਸੀਂ, ਮੈਂ ਮੇਨ ਜੋ ਫਿਲਹਾਲ ਇੰਪੋਰਟੈਂਟ ਹੈ ਉਹੀ ਕਵਰ ਕਰ ਰਿਹਾ। ਨੈਕਸਟ ਈਅਰ ਆਈ ਐਮ, ਤਾਂ ਇੱਥੇ ਮੇਰੇ ਤੋਂ ਮਿਸਟੇਕ ਹੋ ਗਈ ਥੋੜ੍ਹੀ ਜੀ, ਇੱਥੇ ਆਪਾਂ ਵਿਲ ਬੀ ਕਰਨਾ ਸੀ। ਨੈਕਸਟ ਈਅਰ ਆਈ ਐਮ ਮੂਵਿੰਗ ਟੂ ਮੁੰਬਈ, ਆਈ ਵਿਲ ਬੀ ਮੂਵਿੰਗ। ਆਈ ਕੰਟੈਕਟਿਡ, ਆਈ ਵਿਲ ਬੀ ਕੰਟੈਕਟਿਡ। ਵਿਜੇ ਇਜ਼ ਸਰਚਿੰਗ, ਵਿਜੇ ਵਿਲ ਬੀ ਸਰਚਿੰਗ। ਆਈ ਰਿਮਾਈਂਡਿਡ, ਆਈ ਵਿਲ ਬੀ ਰਿਮਾਈਂਡਿੰਗ, ਰਿਮਾਈਂਡਿੰਗ। ਤਾਂ ਇਸ ਦੇ ਨਾਲ ਹੀ ਜੀ ਆਪਣਾ ਸੈਸ਼ਨ ਫਿਨਿਸ਼ ਹੁੰਦਾ ਹੈ ਅਤੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਕਿੰਨੇ ਕੁ ਸਕੋਰ ਤੁਹਾਡੇ ਆਏ ਹੈ, 10ਾਂ ਦੇ ਵਿੱਚੋਂ ਕਿੰਨੇ ਨੰਬਰ ਆਏ ਆ। ਤਾਂ ਮੇਰੇ ਤਾਂ ਜੀ 10 ਤੋਂ 10 ਆ ਚੁੱਕੇ ਹੈ, ਤਾਂ ਤੁਸੀਂ ਦੇਖੋ ਹੁਣ ਤੁਹਾਡੇ ਕਿੰਨੇ ਆਉਂਦੇ ਆ, ਮੈਨੂੰ ਕਮੈਂਟ ਕਰਕੇ ਦੱਸੋ। ਅਤੇ ਰਾਜੇ ਇਹ ਨਹੀਂ ਸੋਚਣਾ ਕਿ ਹਾਂਜੀ ਮੇਰੇ ਘੱਟ ਆਏ ਆ ਵੱਧ ਆਏ ਆ ਜਾਂ ਮੈਂ ਗਲਤ ਕਰ ਰਿਹਾ, ਪਰ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ, ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਵੀ ਮੈਂ ਤੁਹਾਡੇ ਕਮੈਂਟ ਪੜ੍ਹਦਾ। ਤਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ, ਆਈ ਹੋਪ ਕਿ ਇਹ ਵਾਲਾ ਸੈਸ਼ਨ ਤੁਹਾਨੂੰ ਕਲੀਅਰ ਹੋ ਚੁੱਕਿਆ ਹੋਵੇਗਾ ਅਤੇ ਸਮਝ ਆ ਚੁੱਕਿਆ ਹੋਵੇਗਾ। ਇਸ ਦੇ ਵਿੱਚ ਆਪਾਂ ਨੇ ਇਹ ਚੀਜ਼ ਜੋ ਦਿੱਤੀ ਹੋਈ ਹੈ ਬ੍ਰੋਕਰ ਰੈਂਟ ਪੀ ਜੀ, ਇਹ ਕਾਪੀ ਦੇ ਕਰਨਾ ਹੈ। ਇਹ ਆਪਣੇ ਕੋਲ ਕਿੰਨੇ ਆ, 11 ਵਰਡਸ ਦਿੱਤੇ ਹੋਏ ਆ, 11 ਕਾਪੀ ਦੇ ਕਰਨੇ ਆ। ਅਤੇ ਲਾਸਟ ਵਾਲੀ ਜੋ ਐਕਸਰਸਾਈਜ਼ ਹੈ, ਇਹ ਜੋ ਆਪਾਂ ਨੇ ਟੈਂਸਿਸ ਕਵਰ ਕੀਤੇ ਆ, ਇਹ ਵੀ 10 ਦੇ 10 ਤੁਸੀਂ ਕਾਪੀ ਦੇ ਕਰਨੇ ਆ। ਤਾਂ ਇਹ 2 ਚੀਜ਼ਾਂ ਤੁਸੀਂ ਕਾਪੀ ਦੇ ਕਰਨੇ ਆ। ਤਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ, ਟਿਲ ਦੈਨ ਬਾਏ ਬਾਏ ਐਂਡ ਹੈਵ ਅ ਨਾਈਸ ਡੇ, ਸਟੇ ਸੇਫ ਐਟ ਹੋਮ।